ਉਹ ਤੁਹਾਡੇ ਵੱਡਿਆਂ ਨੇ ਬਿਨਾਂ ਸਿਰਾਂ ਤੋਂ ਜੰਗਾਂ ਲੜੀਆਂ। ਵਾਹਿਗੁਰੂ ਆਖਿਆ ਤੁਸੀਂ ਛੋਟਾ ਜਿਹਾ ਬਣਾਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਅੱਜ ਦਿਲੋਂ ਖੁਸ਼ੀ ਹੋਈ ਹੈ, ਅੱਜ ਦਿਲੋਂ ਖੁਸ਼ੀ ਹੋਈ ਹੈ। ਤੁਸੀਂ ਉਹ ਜਲੰਧਰਾਂ ਦਾ ਉਹ ਸਾਨੂੰ ਉੜਦਾ ਪੰਜਾਬ ਆਖਿਆ ਜਾਂਦਾ ਸੀ, ਅੱਜ ਤੁਸੀਂ ਦੱਸਦਾ ਕਿ ਉੜਦਾ ਪੰਜਾਬ ਨਹੀਂ, ਇਹ ਉਡਾਉਂਦਾ ਪੰਜਾਬ ਹੈ। ਜਦੋਂ ਪਿੰਡੀਆਂ ਜਾਣੀਆਂ ਸੀ ਠੱਕ ਚ, ਅਸੀਂ ਦਿੱਲੀ ਦੇ ਬਾਰਡਰ ਤੇ ਬਹਿ ਕੇ ਜਾਂਦੇ, ਤੇ ਫਿਰ ਜਦੋਂ ਕਰਨੀ ਆ ਗਈ ਲੀਡਰਾਂ ਦੀਆਂ ਰੈਲੀਆਂ ਜਾ ਕੇ ਸੀ, ਅਣਖਾਂ ਦੇ ਲੰਗਰਾਂ ਚੋਂ ਖਾ ਕੇ ਹੁਣ ਲੀਡਰਾਂ ਦੀਆਂ ਰੈਲੀਆਂ ਤੁਰੇ ਫਿਰਦੇ ਆ ਕਈ। ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ, ਜਿਹੜੇ ਫਿਰਦੇ ਅਕਾਲੀਆਂ ਦੀਆਂ ਅਕਾਲਦਸੀਆਂ ਦੀਆਂ ਰੈਲੀਆਂ ਦੇ ਵਿੱਚ, ਤੇ ਗੱਡੀਆਂ ਨੇ ਲਿਖਿਆ ਨੋ ਫਾਰਮਰ ਨੋ ਫੂਡ, ਉਹ ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ। ਗੁਰਨਾਮ ਸਿੰਘ ਜਰੂਰੀ ਉਹ ਡਿੱਗ ਥਾਪੜ ਕੇ ਜਾਵੋ, ਜੇ ਜਿੰਨਾ ਚਿਰ ਤਾਂ ਮਰਦੇ ਨੀ ਯਾਰ ਓਨਾ ਚਿਰ ਤਾਂ ਜਿਉਂਦੇ ਰਹੋ, ਜਿੰਨਾ ਚਿਰ ਮਰਦੇ ਨੀ ਓਨਾ ਚਿਰ ਤਾਂ ਜਿਉਂਦੇ ਰਹੋ। ਸਾਡੀ ਸਾਹਮਣੋ ਤੇ ਆਪਾਂ ਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨੀ ਪੈਂਦੀ। ਜੇ ਅੱਜ ਦਿੱਲੀ ਦੇ ਬਾਰਡਰ ਤੋਂ ਪਿੱਛੇ ਆ ਗਏ ਤੇ ਅਸੀਂ 600 ਤੋਂ ਵੱਧ ਸਿਰ ਦੇ ਚੁੱਕੇ ਆ, ਉਹ ਜਿੰਨਾ ਭੈਣਾਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ, ਅੱਜ ਕਰਿਓ, ਅੱਜ ਦਿੱਲੀ ਵੀ ਇੱਟਾਂ ਇੱਟ ਖੜਕਾ ਦਿਓ, ਅੱਜ ਖੂਹਾਂ ਤੋਂ ਮੋੜ ਦਿਓ ਇਹਨਾਂ ਨੂੰ। ਯਾਰ ਸ਼ਰਮ ਆਉਣੀ ਚਾਹੀਦੀ ਹੈ, ਤੁਸੀਂ ਪੀਏ ਪੜੇ ਪੜੇ ਮੁੰਡੇ ਆਪਾਂ ਲੀਡਰਾਂ ਨੂੰ ਵੋਟਾਂ ਪਾ ਦਿੰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।